ਕੈਪਟਨ ਸਾਹਿਬ ਨੇ ਫੋਨ ਚੁੱਕਣਾ ਤਾਂ ਦੂਰ ਦੀ ਗੱਲ, ਕਹਿੰਦੇ ਕਦੇ ਜਵਾਬ ਹੀ ਨਹੀਂ ਦਿੱਤਾ। ਖਾਸੇ ਨਾਰਾਜ਼ ਸੀ ਉਦੋਂ ਤੁਸੀਂ ਪ੍ਰੈਸ ਕਾਨਫਰੰਸ ਦੇ ਵਿੱਚ। ਕੈਪਟਨ ਸਾਹਿਬ ਨਾਲ ਮੇਰੀ ਕਦੀ ਵੀ ਨਾਰਾਜ਼ਗੀ ਨਹੀਂ ਸੀ, ਨਾ ਮੇਰੀ ਕਾਂਗਰਸ ਪਾਰਟੀ ਨਾਲ ਨਾਰਾਜ਼ਗੀ ਸੀ। ਦੇਖੋ, ਮੈਂ ਚੇਅਰਮੈਨ ਇਸ ਲਈ ਨਹੀਂ ਬਣਿਆ ਕਿ ਮੈਨੂੰ ਕੋਈ ਅਹੁਦਾ ਚਾਹੀਦਾ ਸੀ। ਮੈਂ ਚੇਅਰਮੈਨ ਇਸ ਲਈ ਬਣਿਆ ਕਿ ਪੰਜਾਬ ਦੀ ਜਿਹੜੀ ਹੈਲਥ ਸਰਵਿਸਿਜ਼ ਹੈ ਇਹ 'ਚ ਇੰਪਰੂਵਮੈਂਟ ਕਿੱਦਾਂ ਕਰਨੀ ਹੈ ਆਪਾਂ। ਕੈਪਟਨ ਸਾਹਿਬ ਨਾਲ ਮੇਰੀ ਕਦੀ ਵੀ ਨਾਰਾਜ਼ਗੀ ਨਹੀਂ ਸੀ, ਨਾ ਮੇਰੀ ਕਾਂਗਰਸ ਪਾਰਟੀ ਨਾਲ ਨਾਰਾਜ਼ਗੀ ਸੀ। ਜਿਸ ਸ਼ਖਸ ਦਾ ਤੁਸੀਂ ਨਾਮ ਲੈਂਦੇ ਹੋ ਉਹਦੇ ਉਹ ਮੇਰੀ ਉਹਦੇ ਨਾਲ ਵੀ ਨਾਰਾਜ਼ਗੀ ਕੋਈ ਨਹੀਂ ਸੀ, ਤ੍ਰਿਪਤ ਬਾਜਵਾ ਜੀ ਨਾਲ। ਉਹਨਾਂ ਦੇ ਕੰਮ ਕਰਨ ਦੇ ਸਟਾਈਲ ਨਾਲ ਨਾਰਾਜ਼ਗੀ ਸੀਗੀ ਕਿ ਬਈ ਜੇ ਤੁਸੀਂ ਬਟਾਲੇ ਹਲਕੇ 'ਚ ਕੰਮ ਕਰਨਾ ਚਾਹੁੰਦੇ ਹੋ ਤਾਂ ਘੱਟੋ ਘੱਟ ਲੋਕਲ ਜਿਹੜੇ ਲੀਡਰਸ ਨੇ ਸਾਡੇ ਉਹਨਾਂ ਨੂੰ ਨਾਲ ਲੈ ਕੇ ਕਰੋ। ਸੋ ਉਹ ਸਟਾਈਲ ਦੇ ਖਿਲਾਫ਼ ਮੈਂ ਆਵਾਜ਼ ਚੱਕੀ ਸੀ, ਕੋਈ ਗਲਤ ਗੱਲ ਨਹੀਂ ਚੱਕੀ ਸੀ। ਹੁਣ ਕੈਪਟਨ ਸਾਹਿਬ ਨੇ ਫਾਈਨਲੀ ਫੈਸਲਾ ਕਰਤਾ ਕਿ ਉਹ ਆਪਣਾ ਹਲਕਾ ਦੇਖਣਗੇ, ਫਤਿਹਗੜ੍ਹ ਚੂੜੀਆਂ ਮੈਂ ਬਟਾਲਾ ਦੇਖਾਂਗਾ। ਸੋ ਕੇ ਠੀਕ ਹੈ, ਮਤਲਬ ਜਿਹੜੀ ਗੱਲ ਕਹੀ ਸੀ 2 ਮਹੀਨੇ ਪ੍ਰੈਸ ਕਾਨਫਰੰਸ ਕੀਤੀ ਸੀ ਤੁਸੀਂ, ਉਸ ਦੇ ਵਿੱਚ ਕਹਿ ਰਹੇ ਸੀ ਕਿ ਤਲਖੀ ਬਹੁਤ ਸੀ, ਕੈਪਟਨ ਸਾਹਿਬ ਨੇ ਫੋਨ ਚੁੱਕਣਾ ਤਾਂ ਦੂਰ ਦੀ ਗੱਲ, ਕਹਿੰਦੇ ਕਦੇ ਜਵਾਬ ਹੀ ਨਹੀਂ ਦਿੱਤਾ, ਨਾ ਉਹਨਾਂ ਦੇ ਸਹਿਯੋਗੀਆਂ ਨੇ ਜਵਾਬ ਦਿੱਤਾ, ਨਾ ਉਹਨਾਂ ਦੇ ਸੈਕਟਰੀ ਨੇ ਕਿਸੇ ਨੇ ਜਵਾਬ ਦਿੱਤਾ, ਨਾ ਉਹਨਾਂ ਦੇ ਮੀਡੀਆ ਐਡਵਾਈਜ਼ਰ ਨੇ ਜਵਾਬ ਦਿੱਤਾ। ਉਦੋਂ ਇਹ ਗੱਲ ਕਹਿ ਰਹੇ ਸੀ ਤੁਸੀਂ, ਖਾਸੇ ਨਾਰਾਜ਼ ਸੀ ਉਦੋਂ ਤੁਸੀਂ ਪ੍ਰੈਸ ਕਾਨਫਰੰਸ ਦੇ ਵਿੱਚ। ਕੈਪਟਨ ਸਾਹਿਬ ਬਹੁਤ ਸਿਆਣੇ ਨੇ, ਉਹਨਾਂ ਨੇ ਪਰਖ ਲਿੱਤਾ, ਕਸੌਟੀ 'ਤੇ ਲਾ ਕੇ ਦੇਖ ਲਿੱਤਾ ਕਿਹੜੇ ਲੋਕ ਸਹੀ ਨੇ ਕਿਹੜੇ ਲੋਕ ਗਲਤ ਨੇ, ਉਹਨਾਂ ਸਭ ਪਤਾ। ਠੀਕ ਹੈ, ਚੇਅਰਮੈਨ ਬਣਾ ਦਿੱਤਾ, ਪ੍ਰਿਓਰਟੀ ਕਿਹੜੀ ਕਿਹੜੀਆਂ ਚੀਜ਼ਾਂ ਰਹਿਣਗੀਆਂ ਹੁਣ? ਦੇਖੋ, ਮੈਂ ਚੇਅਰਮੈਨ ਇਸ ਲਈ ਨਹੀਂ ਬਣਿਆ ਕਿ ਮੈਨੂੰ ਕੋਈ ਅਹੁਦਾ ਚਾਹੀਦਾ ਸੀ। ਮੈਂ ਚੇਅਰਮੈਨ ਇਸ ਲਈ ਬਣਿਆ ਕਿ ਪੰਜਾਬ ਦੀ ਜਿਹੜੀ ਹੈਲਥ ਸਰਵਿਸਿਜ਼ ਹੈ ਇਹ 'ਚ ਇੰਪਰੂਵਮੈਂਟ ਕਿੱਦਾਂ ਕਰਨੀ ਹੈ ਆਪਾਂ, ਪੰਜਾਬ ਦੇ ਵਿੱਚ ਹਸਪਤਾਲਾਂ ਵਿੱਚ ਸਵੱਛਤਾ ਕਿੱਦਾਂ ਲੈ ਕੇ ਆਉਣੀ ਹੈ, ਔਰ ਪੰਜਾਬ ਦੇ ਹਸਪਤਾਲਾਂ 'ਚ ਜਿਹੜੀ ਡਾਇਗਨੋਸਟਿਕਸ ਹੁੰਦੀ ਹੈ, ਜਦੋਂ ਮਰੀਜ਼ਾਂ ਦਾ ਟੈਸਟ ਹੁੰਦੇ ਨੇ, ਉਹਦੇ ਜਿਹੜੀ ਲੁੱਟ ਖਸੁੱਟ ਹੋ ਰਹੀ ਹੈ ਮਾਰਕੀਟ ਦੇ ਵਿੱਚ ਕਿ ਮਰੀਜ਼ ਜਾਂਦਾ ਮਾਰਕੀਟ 'ਚ, ਰੇਟ ਹੀ ਉਹ ਲਿੱਤੇ ਜਾਂਦੇ ਜਿਹੜੇ ਕਿ ਜੇਬ 'ਚ ਪੈਸੇ ਨਹੀਂ ਹੁੰਦੇ, ਉਹ ਰੋਕਣ ਲਈ ਕੋਈ ਨਾ ਕੋਈ ਸਕੀਮ ਬਣਾਵਾਂਗੇ ਤਾਂ ਕਿ ਲੋਕਾਂ ਦਾ ਬੈਨੀਫਿਟ ਹੋ ਸਕੇ। ਠੀਕ ਹੈ, ਤੁਸੀਂ ਇੱਕ ਗੱਲ ਇਹ ਵੀ ਕਹੀ ਸੀ ਕਿ ਕੋਵਿਡ ਨੂੰ ਲੈ ਕੇ ਤੁਸੀਂ ਬਹੁਤ ਚੀਜ਼ਾਂ ਨੂੰ ਲੈ ਕੇ ਕੰਮ ਕਰਨਾ ਚਾਹੁੰਦੇ ਹੋ, ਪਰ ਸਪੋਰਟ ਕਰਨਾ ਚਾਹੁੰਦੇ ਸੀ ਗਵਰਨਮੈਂਟ ਨੂੰ, ਉਦੋਂ ਸਪੋਰਟ ਨਹੀਂ ਕਰ ਪਾਏ, ਹੁਣ ਸਪੋਰਟ ਕਰੋਗੇ, ਕਿਸ ਤਰ੍ਹਾਂ ਦਾ ਸਪੋਰਟ ਰਹੇਗਾ? ਬਿਲਕੁਲ, ਹਰ ਤਰ੍ਹਾਂ ਦੀ ਮੈਂ ਔਰ ਮੇਰੇ ਸਾਥੀ ਸਾਰੇ ਮਿਲ ਕੇ ਅਸੀਂ ਗਵਰਨਮੈਂਟ ਦੀ ਸਪੋਰਟ ਕਰਾਂਗੇ, ਹੈਲਥ ਸਰਵਿਸਿਜ਼ ਇੰਪਰੂਵ ਕਰਾਂਗੇ, ਔਰ ਕੋਵਿਡ ਨਾਲ ਲੜਨ ਦੇ ਲਈ, ਪੰਜਾਬ ਦੇ ਵਿੱਚ ਜਿਹੜੀ ਬਿਮਾਰੀ ਹੈ ਉਹਨਾਂ ਨਾਲ ਲੜਨ ਲਈ ਆਪਾਂ ਪੂਰੀ ਸਪੋਰਟ ਕਰਾਂਗੇ।